ਅਮਰੀਕਾ ਅਤੇ ਅਫਗਾਨਿਸਤਾਨ ਦੇ ਖਾੜਕੂ ਤਲੇ ਤਾਲਿਬਾਨ ਦੇ ਵਿਚਕਾਰ ਸਨਿਚਰਵਾਰ ਨੂੰ ਕਤਰ ਵਿੱਚ ਸ਼ਾਂਤੀ ਸਮਝੌਤੇ ਦੇ ਦਸਤਖਤ ਹੋ ਗਏ ਨੇ। ਭਾਵੇਂ ਕਿ ਅਮਰੀਕੀ ਵਿਦੇਸ਼ ਮੰਤਰੀ ਨੇ ਅਮਰੀਕਾ ਦੇ ਗੋਡੇ ਟੇਕਣ ਦੀ ਸ਼ਰਮਿੰਦਗੀ ਨੂੰ ਘੱਟ ਕਰਨ ਲਈ ਇਹ ਆਖਿਆ ਹੈ ਕਿ ਇਹ ਸਮਝੌਤਾ ਤਦ ਹੀ ਬਣਿਆ ਰਹੇਗਾ ਜੇ ਤਾਲਿਬਾਨ ਪੂਰੀ ਤਰ੍ਹਾਂ ਸ਼ਾਂਤੀ ਸਥਾਪਤੀ ਲਈ ਕੰਮ ਕਰਨਗੇ ਅਤੇ ਨਾਲ ਦੀ ਨਾਲ ਹੀ ਤਾਲਿਬਾਨ ਨੂੰ ਅੱਤਵਾਦੀ ਜਥੇਬੰਦੀ ਵੱਲੋਂ ਅਲਕਾਇਦਾ ਨਾਲੋਂ ਆਪਣੇ ਸਾਰੇ ਸੰਬੰਧ ਤੋੜਨੇ ਹੋਣਗੇ। ਇਹ ਸਮਝੌਤਾ ਅਮਨ ਦੀ ਦਿਸ਼ਾ ਵਿੱਚ ਇੱਕ ਪ੍ਰਭਾਵੀ ਕਦਮ ਹੈ। ਉਹਨਾਂ ਆਖਿਆ ਕਿ ਅਸੀਂ ਤਾਲਿਬਾਨ 'ਤੇ ਨਜ਼ਰ ਰੱਖਾਂਗੇ। ਅਮਰੀਕਾ ਅਫਗਾਨਿਸਤਾਨ ਵਿੱਚੋਂ ਆਪਣੀ ਫੌਜ ਤਦ ਹੀ ਹਟਾਏਗੀ ਜਦੋਂ ਇਹ ਗੱਲ ਪੱਕੀ ਹੋ ਜਾਵੇਗੀ ਕਿ ਤਾਲਿਬਾਨ ਦੁਨੀਆ ਵਿੱਚ ਕਿਤੇ ਵੀ ਅੱਤਵਾਦੀ ਹਮਲਾ ਨਹੀਂ ਕਰੇਗਾ। ਇਸੇ ਨਿਊਜ਼ ਏਜੰਸੀ ਦੇ ਹਵਾਲੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਅਫਗਾਨਿਸਤਾਨ ਵਿੱਚੋਂ 8600 ਸੈਨਿਕਾਂ ਨੂੰ ਹਟਾਉਣਗੇ। ਇਸ ਤੋਂ ਇਲਾਵਾ ਵੀ ਜਿਹੜੀਆਂ ਸਮਝੌਤੇ ਦੀਆਂ ਸ਼ਰਤਾਂ ਹਨ ਉਹਨਾਂ ਨੂੰ 135 ਦਿਨਾਂ ਵਿੱਚ ਪੂਰਾ ਕੀਤਾ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਇਸ ਸਮਝੌਤੇ ਲਈ ਭਾਰਤ ਸਮੇਤ 30 ਦੇਸ਼ਾਂ ਦੇ ਰਾਜਪੂਤਾਂ ਨੂੰ ਦੋਹਾ ਆਉਣ ਦਾ ਸੱਦਾ ਦਿੱਤਾ ਗਿਆ ਸੀ। ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ੁੱਕਰਵਾਰ ਨੂੰ ਰਾਤ ਹੀ ਕਾਬੁਲ ਪਹੁੰਚੇ। ਬਿਊਰੋ ਰਿਪੋਰਟ, ਆਵਾਜ਼ਕਾਮ ਟੀਵੀ।